द अफैक्ट एक तुहाडा स्वागत है। मैं हाँ सुखविंदर कोटड़ी। अज साढ़े नाल जुड़े हुए गुरनाम सिंह जी। गुरनाम सिंह जी, हाँ जी, हाँ जी, गुरनाम सिंह जी। सो जानते हैं डेरे सच्चे सदन लैके किस तरह के इन्हें विचार ने, कदों तो डेरे जुड़े ने, की जिंदगी बदलाव आया, जानते हैं इन्होंने जवानी। सत श्रीकाल जी। सत श्रीकाल जी भाई। तां तां सतगुरु तेरी आसा जी। गुरनाम सिंह जी, हाँ जी, डेरे सच्चे सदन कद तो जुड़े हुए? सानू उजड़ 30-35 साल जी। 30-35 साल, हाँ जी, हाँ जी। तुसीं 30-35 सालों के डेरे सच्चे सदन जुड़ के की खटिया? ਉੱਥੇ ਸਾਨੂੰ ਬਹੁਤ ਕੁਛ ਮਿਲਿਆ ਜੀ, ਵਧੀਆ ਸ਼ਿਕਸ਼ਾ ਮਿਲੀ ਜੀ, ਆਪਣੇ ਸਤਿਗੁਰ ਦੇ ਪੂਰਾ ਭਰੋਸਾ ਜੀ, ਯਕੀਨ ਹੈ ਜੀ। ਜੋ ਵੀ ਝੂਠੇ ਬੇਅਦਬੀ ਦੇ ਇਲਜ਼ਾਮ ਲਾਏ ਹਨ ਜੀ, ਇਹ ਬਿਲਕੁਲ ਗਲਤ ਹਨ ਜੀ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨੇ ਹੈ ਜੀ, ਅਤੇ ਸਾਡਾ ਸਤਿਗੁਰੂ ਬਾਹਰ ਆਉਣਾ ਚਾਹੀਦਾ ਜੀ। ਅਸੀਂ ਮੋਦੀ ਸਰਕਾਰ ਅੱਗੇ ਹੀ ਅਪੀਲ ਕਰਾਂਗੇ ਜੀ, ਉਹਨੂੰ ਜਲਦ ਤੋਂ ਜਲਦ ਬਾਹਰ ਕੱਢਣ ਜੀ। ਕਰਨੈਲ ਸਿੰਘ, ਤੁਹਾਡੀ ਜ਼ਿੰਦਗੀ 'ਚ ਕੀ ਬਦਲਾਇਆ ਡੇਰੇ ਸੱਚੇ ਸੌਦੇ ਨਾਲ ਜਾਣ? ਅਸੀਂ ਜਦੋਂ ਡੇਰੇ ਸੱਚੇ ਸੌਦੇ ਜਾਣ ਲੱਗਿਆ ਜੀ, ਸਾਨੂੰ ਸਤਿਗੁਰੂ ਨੇ ਬਹੁਤ ਕੁਛ ਦਿੱਤਾ ਜੀ। ਮੈਂ ਸਾਈਕਲ ਤੋਂ ਵੀ ਤਰਸਦਾ ਹੁੰਦਾ ਹਾਂ, ਮੈਨੂੰ 20 ਰੁਪਈਆਂ ਤੱਕ ਵੀ ਇਹ ਸੀ ਵੀ ਮੇਰੇ 20 ਰੁਪਈਏ ਵੀ ਜੇਬ 'ਚ ਆਉਣਾ। ਸਤਿਗੁਰੂ ਨੇ ਬਹੁਤ ਕੁਛ ਦਿੱਤਾ ਹੈ, ਪਰਮਾਤਮਾ ਨਾਲ ਰੰਗ ਲਾਇਆ ਹੋਇਆ ਜੀ। ਤੁਹਾਡੀ ਜ਼ਿੰਦਗੀ 'ਚ ਕੋਈ ਬਦਲਾਵ ਆਇਆ? ਹਾਂਜੀ ਹਾਂ, ਬਹੁਤ ਕੁਛ ਆਇਆ ਜੀ। ਪਹਿਲਾਂ ਅਸੀਂ ਦਾਰੂ ਵੀ ਪੀਂਦੇ ਹੁੰਦੇ ਹਾਂ, ਮੀਟ ਵੀ ਖਾਂਦੇ ਹੁੰਦੇ ਹਾਂ। ਕਿੰਨੀ ਦਾਰੂ ਪੀਂਦੇ ਸੀ? ਅਸੀਂ ਦਾਰੂ ਜਦੋਂ ਪੀਣ ਲੱਗ ਜਾਂਦਾ ਵੀ ਪਤਾ ਹੀ ਨਹੀਂ ਲੱਗਣਾ ਵੀ ਕਿੰਨੀ ਪੀ ਗਏ ਹਾਂ। ਜਦੋਂ ਦੇ ਅਸੀਂ ਸੱਚੇ ਸੌਦੇ ਨਾਲ ਜੁੜੇ ਹੋਏ ਹਾਂ, ਸਾਨੂੰ ਉਹਦੀ ਰਹਿਮਤ ਹੈ ਜੀ। ਅਸੀਂ ਕੀ ਕਿਵੇਂ ਛੱਡਿਆ ਤੁਸੀਂ ਨਸ਼ਾ ਛੱਡਿਆ ਕਿਵੇਂ? ਕੀ ਉੱਥੋਂ ਤੁਹਾਨੂੰ ਦਵਾਈ ਦਵੂਈ ਮਿਲੀ ਸੀ? ਅਸੀਂ ਨਾ ਜੀ, ਅਸੀਂ ਜਦੋਂ ਇੱਥੇ ਆਏ ਜੀ ਪਿੰਡ ਸਾਜਪੁਰਾ ਦੇ ਵਿੱਚ, ਸਾਨੂੰ ਸੁਖਵਿੰਦਰ ਸਿੰਘ ਮਿਲਿਆ, ਸਾਡਾ ਮਿਲਾਪ ਰਾਮ ਹੋਇਆ ਜੀ। ਕਹਿੰਦੇ ਜੀ ਅਸੀਂ ਸੱਸੇ ਜਾਣਾ ਜੀ, ਮੈਂ ਚਲੋ ਮੈਂ ਤੁਹਾਡੇ ਨਾਲ ਚੱਲਦਾ ਜੀ। ਜਦੋਂ ਵੀ ਅਸੀਂ ਡੇਰੇ ਸੱਚੇ ਸੌਦੇ ਨਾਲ ਜੁੜੇ, ਅਸੀਂ ਉਦੋਂ ਦੀ ਸੁਧਰ ਗਏ ਹਾਂ ਜੀ। ਕਿ ਜਦੋਂ ਤੁਸੀਂ ਡੇਰੇ ਸੱਚੇ ਸੌਦੇ ਗਏ, ਤੁਹਾਨੂੰ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ? ਕੀ ਤੁਹਾਨੂੰ ਕਿਹਾ ਗਿਆ ਸਤਸੰਗ ਦੇ ਵਿੱਚ? ਗੁਰੂ ਜੀ ਨੇ ਕੀ ਕਿਹਾ? ਸਾਨੂੰ ਗੁਰੂ ਜੀ ਨੇ ਬਹੁਤ ਕੁਛ ਸਿਖਾਇਆ ਜੀ, ਸਾਨੂੰ ਸਾਰਾ ਕੁਛ ਉੱਥੇ ਸਿੱਖਿਆ ਜੀ। ਮਤਲਬ ਜੋ ਵੀ ਅਸੀਂ ਕੰਮ ਕਰਨਾ ਸੀ, ਸਾਨੂੰ ਡੇਰੇ ਸੱਚੇ ਸੌਦੇ ਦੀ ਜਾਣਕਾਰੀ ਹੋਈ ਜੀ। ਮਨੁੱਖਤਾ ਦੀ ਭਲਾਈ ਵਾਸਤੇ ਡੇਰਾ ਸੱਚਾ ਸੌਦਾ ਕੁਛ ਕਰ ਰਹੇ? ਹਾਂਜੀ, ਹਾਂਜੀ। ਕੀ ਕਰ ਰਹੇ? ਮੰਤਵਾਲ ਅਜੇ 134-135 ਭਲਾਈ ਦੇ ਕੰਮ ਚੱਲਦੇ ਹਨ ਜੀ। ਜੋ ਵੀ ਸੇਵਾ ਕਰਦੇ ਹਾਂ ਅਸੀਂ, ਜੋ ਵੀ ਗੁਰੂ ਜੀ ਸਾਨੂੰ ਕਹਿੰਦੇ ਨੇ ਅਸੀਂ ਉਹੀ ਕਰਨੇ ਜੀ। ਜੋ ਵੀ ਹੁਕਮ ਆਉਂਦਾ ਹੈ ਅਸੀਂ ਉਹੀ ਸਿਰ ਮੱਥੇ ਮੰਨਦੇ ਹਾਂ ਜੀ। ਹਾਂਜੀ। ਸੋ ਇਹਨਾਂ ਦਾ ਵੀ ਇਹੀ ਕਹਿਣਾ ਹੈ ਵੀ ਜਿਹੜੇ ਸਤਿਗੁਰ ਜਲਦੀ ਤੋਂ ਜਲਦੀ ਜੇਕਰ ਬਾਹਰ ਆ ਜਾਂਦੇ, ਸਮਾਜ ਦੇ ਵਿੱਚ ਫੈਲੀਆਂ ਹੋਈਆਂ ਜਿਹੜੀਆਂ ਬਦਫੈਲੀਆਂ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ, ਅਤੇ ਜੋ ਨੌਜਵਾਨ ਪੀੜ੍ਹੀ ਹੈ ਜੇਕਰ ਅਸੀਂ ਇਹਨੂੰ ਸੰਭਾਲਣਾ ਹੈ, ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਤਾਂ ਬਿਹਤਰੀਨ ਹੋ ਸਕਦਾ ਜੇਕਰ ਡੇਰੇ ਸੱਚੇ ਸੌਦੇ ਦੀ ਜਿਹੜੀ ਸੰਗਤ ਨੂੰ ਹੋਰ ਉਪਰਾਲਾ ਮਿਲੇ, ਸੰਤਾਂ ਨੂੰ ਜਿਹੜਾ ਬਹੁਤ ਜਲਦੀ ਤੋਂ ਜਲਦੀ ਜਿਹੜਾ ਬਾਹਰ ਕੀਤਾ ਜਾ। ਸੋ ਗੁਰਨਾਮ ਸਿੰਘ, ਤੁਸੀਂ ਸਾਨੂੰ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਦੇਖਦੇ ਰਹੋ ਦਾ ਅਫੈਕਟ ਹੈ, ਮੈਂ ਸੁਖਵਿੰਦਰ ਕੋਟੜੀ, ਬਾਈ ਮੱਖਣ ਸ਼ਰਮਾ ਦੇ ਨਾਲ। ਧੰਨਵਾਦ।